ਸਸੀ ਕਾਲ ਜੀ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਚੋਂ ਭ੍ਰਿਸ਼ਟਾਚਾਰ ਵਿਰੋਧੀ ਇੱਕ ਬਹੁਤ ਵੱਡੀ ਮੂਵਮੈਂਟ ਚੋਂ ਨਿਕਲੀ ਹੋਈ ਹੈ ਸੋ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ ਰੱਖਦੀ ਹੈ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਚ ਜਿਸ ਵੇਲੇ ਅਸੀਂ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਸੀ ਤਾਂ ਅਸੀਂ ਲੋਕਾਂ ਨੂੰ ਇਹ ਗਰੰਟੀਆਂ ਦੇ ਰਹੇ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਦਫ਼ਤਰਾਂ ਚ ਜਾਂ ਕਿਤੇ ਹੋਰ ਭ੍ਰਿਸ਼ਟਾਚਾਰ ਨਾਲ ਸੰਬੰਧਿਤ ਜਿਹੜੀ ਸ਼ਿਕਾਇਤਾਂ ਆਉਂਦੀਆਂ ਨੇ ਉਹ ਖਤਮ ਕਰ ਦਿੱਤੀਆਂ ਜਾਣਗੀਆਂ ਪੰਜਾਬ ਨੂੰ ਕ੍ਰਾਪਸ਼ਨ ਫ੍ਰੀ ਸਟੇਟ ਬਣਾਇਆ ਜਾਊਗਾ ਭ੍ਰਿਸ਼ਟਾਚਾਰ ਮੁਕਤ ਸਟੇਟ ਬਣਾਇਆ ਜਾਊਗਾ ਸਰਕਾਰ ਬਣਦੀ ਅਸੀਂ ਜਿਹੜੀ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਇੱਕ ਟੋਲ ਫਰੀ ਨੰਬਰ ਜਾਰੀ ਕੀਤਾ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਤੇ ਬਹੁਤ ਸਾਰੇ ਭ੍ਰਿਸ਼ਟਾਚਾਰੀਆਂ ਨੂੰ ਅਸੀਂ ਚਾਹੇ ਉਹ ਜਿਹੜੇ ਵੀ ਮਰਜ਼ੇ ਅਹੁਦੇ ਤੇ ਰਹੇ ਹੋਣ ਜਾਂ ਸੁਖਦਾਰ ਹੋਣ ਅਸੀਂ ਉਹਨਾਂ ਨੂੰ ਫੜਿਆ ਤੇ ਬਹੁਤ ਸਾਰੇ ਉਹਨਾਂ ਜੋ ਜੇਲ੍ਹਾਂ 'ਚ ਵੀ ਨੇ ਕੋਰਟਾਂ 'ਚ ਕੇਸ ਚੱਲ ਰਹੇ ਨੇ ਮੈਂ ਇੱਕ ਵਾਰੀ ਫੇਰ ਇਹ ਦੁਹਰਾਉਣਾ ਚਾਹਨਾ ਕਿ ਜਿਹੜਾ ਵੀ ਬੰਦਾ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਇੱਕ ਵੀ ਪੈਸਾ ਖਾਊਗਾ ਭਾਵੇਂ ਉਹ ਕਿਸੇ ਵੀ ਤਰੀਕੇ ਨਾਲ ਭ੍ਰਿਸ਼ਟਾਚਾਰ ਕਰੇ ਭਾਵੇਂ ਉਹ ਗ੍ਰਾਂਟਾਂ 'ਚੋਂ ਕੋਈ ਭ੍ਰਿਸ਼ਟਾਚਾਰ ਕਰੇ ਭਾਵੇਂ ਉਹ ਕੋਈ ਮਾਫੀਆ ਬਣਾ ਕੇ ਕਰੇ ਭਾਵੇਂ ਉਹ ਕੋਈ ਰੇਟ ਮਾਫੀਆ ਜੋ ਕਰੇ ਭਾਵੇਂ ਉਹ ਕੋਈ ਸਰਕਾਰੀ ਜ਼ਮੀਨਾਂ ਨੂੰ ਨਜਾਇਜ਼ ਤਰੀਕੇ ਨਾਲ ਦੱਬ ਕੇ ਕਬਜ਼ਾ ਕਰਕੇ ਕਰੇ ਪਾਵੇਂ ਕੋਈ ਅਫਸਰ ਹੋਵੇ ਕੋਈ ਕਾਗਜ਼ ਦੇਣ ਦਾ ਜਾਂ ਮੋਹਰ ਲਾਉਣ ਦਾ ਜਾਂ ਐਨਓਸੀ ਦੇਣ ਦਾ ਕੋਈ ਪੈਸਾ ਮੰਗਦਾ ਹੋਵੇ ਬਿਲਕੁਲ ਬਰਦਾਸ਼ਤ ਨਹੀਂ ਹੋਊਗਾ ਆਮ ਆਦਮੀ ਪਾਰਟੀ ਜ਼ੀਰੋ ਟੋਲਰੈਂਸ ਜਿਹੜੀ ਹੈ ਕ腐ਸ਼ਨ ਪ੍ਰਤੀ ਰੱਖਦੀ ਹੈ ਔਰ ਮੈਂ ਅਕਸਰ ਇਹ ਕਹਣਾ ਹੁੰਨਾ ਕਿ ਜਦੋਂ ਵੀ ਅਸੀਂ ਕੋਈ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲੈਣੇ ਆ ਤਾਂ ਉਦੋਂ ਅਸੀਂ ਪਾਰਟੀ ਨਹੀਂ ਦੇਖਦੇ ਅਮੀ ਜਿਹੜੀ ਮਰਜੀ ਪਾਰਟੀ ਦਾ ਹੋਵੇ ਜਿਹੜਾ ਜਿਹੋ ਜਿਹਾ ਮਰਜੀ ਵੱਡੇ ਤੇ ਆਉਦੇ ਤੇ ਰਿਹਾ ਹੋਵੇ ਜਾਂ ਆਉਦੇ ਤੇ ਹੋਵੇ ਭਾਵੇਂ ਆਪਣਾ ਹੋਵੇ ਜਾਂ ਬੇਗਾਨਾ ਸਾਡੇ ਵਾਸਤੇ ਕਾਨੂੰਨ ਜਿਹੜਾ ਉਹ ਇੱਕੋ ਜਿਹਾ ਤੇ ਕਾਨੂੰਨ ਦੀ ਨਜ਼ਰ ਸਭ ਇੱਕ ਨੇ 75 ਸਾਲ ਦੇ ਵਿੱਚ ਆਜ਼ਾਦੀ ਦੇ 75 ਸਾਲ ਚ ਪਹਿਲੀ ਵਾਰ ਹੋ ਰਿਹਾ ਹੈ ਪਹਿਲਾਂ ਕਦੇ ਨਹੀਂ ਹੋਇਆ ਹਿਸਟਰੀ ਚ ਕਿ ਕਿਸੇ ਸਰਕਾਰ ਨੇ ਆਪਣੀ ਜਿਹੜੇ ਮੰਤਰੀ ਜਾਂ ਐਮਐਲਏ ਨੇ ਜਦੋਂ ਉਹਨਾਂ ਦੀ ਸ਼ਿਕਾਇਤ ਆਉਂਦੀ ਹੈ ਉਹਨਾਂ ਨੂੰ ਪ੍ਰਸ਼ਟਾਚਾਰ ਵਿਰੋਧੀ ਕਾਨੂੰਨ ਲਾਗੂ ਕਰਕੇ ਗ੍ਰਿਫਤਾਰ ਕੀਤਾ ਹੈ ਤੇ ਉਹਨਾਂ ਤੇ ਕੇਸ ਕੀਤੇ ਨੇ ਨਹੀਂ ਤਾਂ ਅਸੀਂ ਸੁਣਦੇ ਰਹੇ ਹਾਂ ਪਹਿਲਾਂ ਕਿ ਪਾਰਟੀ ਦਾ ਪ੍ਰਧਾਨ ਲੈ ਕੇ ਚਲਾ ਗਿਆ ਜੀ 40 ਬੰਦਿਆਂ ਦੀ ਲਿਸਟ ਕਿ ਪ੍ਰਸ਼ਟਾਚਾਰ ਕਰਦੇ ਨੇ ਐਮਐਲਏ ਮੰਤਰੀ ਤਾਂ ਉੱਤੋਂ ਪ੍ਰਧਾਨ ਜੀ ਜਿਹੜੇ ਵੱਡੇ ਨੇ ਉਹ ਕਹਿੰਦੇ ਨੇ ਇਸ ਇਸ ਲਿਸਟ ਨੂੰ ਦੱਬ ਕੇ ਰੱਖੋ ਪਾਰਟੀ ਦੀ ਬਦਨਾਮੀ ਹੁੰਦੀ ਹੈ ਸੋ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਬਿਲਕੁਲ ਬਰਦਾਸ਼ਤ ਨਹੀਂ ਕਰੂਗੀ ਕਿ ਕੋਈ ਪੰਜਾਬ ਦੇ ਲੋਕਾਂ ਦਾ ਪੈਸਾ ਜਿਹੜਾ ਕ腐ਪਸ਼ਨ ਦੇ ਰੂਪ ਚ ਭ੍ਰਿਸ਼ਟਾਚਾਰ ਦੇ ਰੂਪ ਚ ਖਾਵੇ ਜਿਹੜਾ ਪਾਸਟ ਦੇ ਵਿੱਚ ਵੀ ਉਹਨਾਂ ਨੇ ਕੋਈ ਕਪੜੇ ਕੀਤੇ ਨੇ ਉਹ ਵੀ ਕੱਢੇ ਜਾ ਰਹੇ ਨੇ ਤੇ ਜੇ ਅੱਜ ਵੀ ਕੋਈ ਕਪੜਾ ਕਰ ਰਿਹਾ ਹੈ ਉਹਤੇ ਵੀ ਐਕਸ਼ਨ ਹੋਊਗਾ ਤੇ ਭਵਿੱਖ ਵਾਸਤੇ ਵੀ ਮੈਂ ਕਹਿਣਾ ਚਾਹਨਾ ਕਿ ਜਿਹੜਾ ਮਰਜ਼ੀ ਹੋਵੇ ਸਾਡਾ ਸਾਕਾ ਸੰਬੰਧੀ ਹੋਵੇ ਕ腐ਪਸ਼ਨ ਪ੍ਰਤੀ ਜ਼ੀਰੋ ਟੋਲਰੈਂਸ ਹੈ ਬਖਸ਼ਣ ਜਿਹੜਾ ਹੋਊਗਾ ਕੋਈ ਰਹਿਮ ਨਹੀਂ ਕੋਈ ਤਰਸ ਨਹੀਂ ਪੰਜਾਬ ਦੇ 3 ਕਰੋੜ ਲੋਕਾਂ ਨੇ ਸਾਡੇ ਤੇ ਯਕੀਨ ਕੀਤਾ ਵਿਸ਼ਵਾਸ ਕੀਤਾ ਉਹੀ ਵਿਸ਼ਵਾਸ ਜਿਹੜਾ ਉਹ ਸਾਡੇ ਹੌਂਸਲੇ ਬਲੰਦ ਰੱਖਦਾ ਸੋ ਉਸ ਵਿਸ਼ਵਾਸ ਨੂੰ ਤੇ ਉਹਨਾਂ ਉਮੀਦਾਂ ਨੂੰ ਅਸੀਂ ਟੁੱਟਣ ਨਹੀਂ ਦੇਵਾਂਗੇ ਜੋ ਮਰਜ਼ੀ ਹੋਵੇ ਜਿਹੜਾ ਮਰਜ਼ੀ ਹੋਵੇ ਤੇ ਜਿਵੇਂ ਮਰਜ਼ੀ ਉਹਨੇ ਕਰਾਪਸ਼ਨ ਕੀਤੀ ਹੋਵੇ ਉਹ ਤੇ ਕਾਨੂੰਨ ਲਾਗੂ ਹੋਊਗਾ ਤੇ ਸਲਾਕਾਂ ਦੇ ਪਿੱਛੇ ਜਾਊਗਾ ਬਹੁਤ ਬਹੁਤ ਧੰਨਵਾਦ ਇਨਕਲਾਬ ਜ਼ਿੰਦਾਬਾਦ